मुंडे दे आउण तों पहला ना मैनां सारियां चीजां दा खात्मा कर ही देना बस। ना की करी जानी है, मैं इन्हें चावां ना लेके आया सी आ चीजां, कुरकरे लेस तू साड़ी क्यों जानी है? आही चीजां खा के ना मुंडा बिमार होया, ते फिर ये चीजां जवाक खांदे ही ये चीजां केड़ा घरे बन जांदियां है? होर भी बथेरियां चीजां खाण वास्ते ये घरे भी बन जांदियां। ਇਹ ਘਰੇ ਕਿਵੇਂ ਬਣ ਜਾਣਗੀਆਂ? ਹੱਦ ਹੋ ਗਈ, ਤੂੰ ਸਾਡੇ ਅੱਗ ਕਿਉਂ ਲਾਈ ਜਾਂਦੀ? ਉਹ ਆਪਾਂ ਕਿਸੇ ਹੋਰ ਨੂੰ ਦੇ ਦਿੰਦੇ। ਇਹ ਜਦੋਂ ਚੀਜ਼ਾਂ ਖਾਣ ਜੋਗੀ ਨਹੀਂ ਤੇ ਹੋਰ ਨੂੰ ਕਿਉਂ ਦੇ ਦਿੰਦੇ? ਪੈਕਟਾਂ 'ਚ ਨਾ ਚੀਜ਼ ਇਹੋ ਜਿਹੀ ਚੀਜ਼ ਉਹਨੂੰ ਮੈਂ ਬਣਾ ਕੇ ਖਵਾ ਦੂੰਗੀ। ਹੁਣ 10 ਮਿੰਟ ਰਹਿ ਗਏ ਆ ਤੇ ਘਰੇ ਰੋਜ਼ ਆ ਕੇ ਕੁਰਕਰੇ ਖਾਂਦਾ ਉਹ, ਹੁਣ ਉਹਨੂੰ ਕੀ ਬਣਾ ਕੇ ਦੇਵਾਂਗੇ ਆਪਾਂ? ਕਿੱਥੋਂ ਲੈ ਕੇ ਆਉਂਗਾ ਹੁਣ ਮੈਂ? ਉਹ ਜਵਾਕ ਤਾਂ ਵੰਨ ਸਵੰਨੀਆਂ ਚੀਜ਼ਾਂ ਭਾਲਦੇ ਹੁੰਦੇ, ਵੀ ਉਹਨਾਂ ਤਾਂ ਐ ਹੁੰਦਾ ਵੀ ਪੈਕਟਾਂ ਦੇ ਪੈਕਟ ਸਾਨੂੰ ਦੇਈ ਚੱਲ। ਤੇ ਬਸ ਹੁਣ ਮੈਂ 10 ਮਿੰਟ ਰਹਿੰਦੇ ਆ ਨਾ ਉਹਦੇ ਵਿੱਚ, 10 ਤੋਂ ਮੈਂ ਪਹਿਲਾਂ ਹੀ ਜਿਹੜਾ ਕਿ ਉਹਦੇ ਚੀਜ਼ ਬਣਾ ਦੇਣੀ ਆ ਕੁਰਕਰਿਆਂ ਵਰਗੀ। ਉਹ ਫਿਰ ਜਲਦੀ ਬਣਾ ਦਿੰਦੇ ਆ। ਰੁਕੋ ਰੁਕੋ, ਤਾਂ ਛੇਤੀ ਬਣ ਜਾਣੇ ਆ। ਠੀਕ ਆ, ਹਾਂਜੀ, ਪਰ ਆਪਾਂ ਉਸ ਤੋਂ ਪਹਿਲਾਂ ਆਪਣੇ ਚਾਹਣ ਵਾਲਿਆਂ ਦੇ ਨਾਮ ਤਾਂ ਜ਼ਰੂਰ ਬੋਲ ਦਈਏ, ਨਹੀਂ ਤਾਂ ਗੁੱਸੇ ਹੋ ਜਾਣਗੇ। ਹਾਂਜੀ, ਸਭ ਤੋਂ ਪਹਿਲਾਂ ਇਹ ਹੈਗੇ ਆ ਜੀ ਰਮਨਦੀਪ, ਅੱਛਾ, ਸਹਾਰਪੁਰ ਤੋਂ। ਠੀਕ ਆ, ਹਾਂਜੀ, ਦਿਲਪ੍ਰੀਤ ਸਿੰਘ ਮੁਕਤਸਰ ਸਾਹਿਬ ਤੋਂ, ਤੇ ਰਮੇਸ਼ ਲਥੂਕਾ ਤੋਂ। ਠੀਕ ਆ, ਹਾਂਜੀ, ਤੇ ਕਿਰਨਦੀਪ ਕੌਰ ਫਗਵਾੜੇ ਤੋਂ। ਠੀਕ ਆ, ਹਾਂਜੀ, ਕੁਲਦੀਪ ਸੰਧੂ ਪੰਜਵਾਰ ਤਰਨ ਤਾਰਨ ਤੋਂ। ਠੀਕ ਆ ਦੋਸਤੋ, ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਵਾਂਗੇ। ਤੇ ਹੁਣ ਪਵਨ ਆਪਾਂ ਨੂੰ ਕਹਿ ਰਹੀ ਹੈ ਵੀ ਕੁਰਕਰੇ ਘਰੇ ਬਣਾ ਕੇ ਦਿਖਾਊਗੀ, ਹਾਂਜੀ, ਉਹ ਵੀ ਹਰੀ ਸਬਜ਼ੀਆਂ ਤੋਂ। ਬਿਲਕੁਲ ਜੀ, ਆਪਣੇ ਲੱਗੇ ਘਰੇ ਬਚੀਆਂ ਜਿਹੜੀਆਂ ਸਬਜ਼ੀਆਂ ਪਈਆਂ ਨਾ, ਆਪਾਂ ਉਹਨਾਂ ਤੋਂ ਕੁਰਕਰੇ ਬਣਾ ਦਿੰਦੇ ਆ, ਤੇ ਬੱਚੇ ਨੂੰ ਟੇਸਟ ਵੀ ਬਹੁਤ ਲੱਗਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ। ਚਲ ਠੀਕ ਆ, ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜੇ ਕਿ ਕੱਲ ਰਾਈਸ ਬਣਾਏ ਸੀਗੇ, ਅੱਛਾ, ਜਿਹੜੇ ਆਪਾਂ ਚੌਲ ਘਰੇ ਬਣਾਏ ਸੀ, ਹਾਂਜੀ, ਰਾਤੀ ਬਣਾਏ ਸੀਗੇ ਠੀਕ ਤੇ ਪਏ ਸੀਗੇ 1 ਕੌਲੀ, ਠੀਕ ਤੇ ਆ, ਹੁਣ ਉਹ ਆਪਾਂ ਜਿਹੜੇ ਕਿ ਲੈ ਲਏ ਆ। ਜੇ ਦੋਸਤੋ ਤੁਹਾਡੇ ਕੋਲ ਨਾ ਵੀ ਹੋਣ ਨਾ ਰਾਈਸ, ਤਾਂ ਤੁਸੀਂ ਰਾਈਸ ਥੋੜੇ ਜਿਹੇ ਲੈ ਲਿਆ ਤੇ ਉਹਨਾਂ ਨੂੰ ਉਬਾਲ ਲਿਓ, ਠੀਕ ਆ। ਹਾਂਜੀ, ਇਹਨਾਂ ਨੂੰ ਆਪਾਂ ਜੀ ਗ੍ਰੈਂਡ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਚੌਲਾਂ ਨੂੰ ਗ੍ਰੈਂਡ ਕਰ ਲੈਂਦੇ ਆ। ਠੀਕ ਆ, ਦੇ ਵਿੱਚ ਕੱਢ ਲੈਂਦੇ ਆ। ਠੀਕ, ਜਮਾਂ ਡਿੱਟੇ ਬਣ ਜਾਣਗੇ ਕੁਰਕਰੇ ਪਾਉਣ, ਜੇ ਸਬਜ਼ੀਆਂ ਵਾਲੇ ਕੁਰਕਰੇ ਬਣ ਲੱਗ ਗਏ ਤਾਂ ਫਿਰ ਤਾਂ ਉਹ ਤਾਂ ਮਤਲਬ ਕਿ ਸਿਹਤ ਲਈ ਹਾਨੀਕਾਰਕ ਵੀ ਹਨਗੇ। ਹਾਂਜੀ, ਉਹ ਤਾਂ ਭਾਵੇਂ ਆਪਾਂ ਬੱਚੇ ਨੂੰ ਸਵੇਰੇ ਸ਼ਾਮ ਜਦੋਂ ਮਰਜ਼ੀ ਦੇ ਚੱਲੀਏ। ਇੱਧਰ ਆਪਾਂ ਆਲੂ ਵਾਲੇ ਸੀਗੇ ਤੇ ਇਹ ਆਪਾਂ ਲਏ ਹੈਗੇ ਆ, ਇਹਨਾਂ ਨੂੰ ਆਪਾਂ ਸਬਜ਼ੀਆਂ ਨੂੰ ਗ੍ਰੈਂਡ ਵੀ ਕਰ ਸਕਦੇ ਆ, ਤੇ ਜੇ ਤੁਸੀਂ ਕਿਸੇ ਟਿੱਕੀ ਵਗੈਰਾ ਦੇ ਟਾਈਪ ਦੇ ਬਣਾਉਣੇ ਹੋਣ ਤਾਂ ਤੁਸੀਂ ਜਿਹੜੇ ਕਿ ਬਰੀਕ ਕਰਕੇ ਵੀ ਪਾ ਸਕਦੇ ਹੋ। ਤੇ ਇੱਧਰ ਆਪਾਂ ਸਬਜ਼ੀਆਂ ਜਿਹੜੀਆਂ ਹੋਰ ਲਈਆਂ ਹੈਗੀਆਂ, ਪਾਲਕ, ਮਟਰ, ਹਰੀ ਮਿਰਚ ਤੇ ਗੋਭੀ, ਗੋਭੀ, ਹਾਂ, ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਹੁਣ ਗ੍ਰੈਂਡ ਕਰਾਂਗੇ। ਠੀਕ ਆ, ਹਾਂਜੀ, ਕਰ ਲੈਂਦੇ ਆ। ਠੀਕ ਆ, ਸਬਜ਼ੀਆਂ ਦਾ ਤੇ ਆਲੂ ਦਾ ਪੇਸਟ ਬਣ ਗਿਆ ਆਪਣਾ। ਹਾਂਜੀ, ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਲੈਂਦੇ ਆ। ਠੀਕ ਆ, ਇਹ ਹੈ ਜੀ ਸੂਜੀ, ਸੂਜੀ ਪਾਵਾਂਗੇ। ਠੀਕ ਆ, ਹਾਂਜੀ, ਸੂਜੀ ਪਾਵਾਂਗੇ। ਠੀਕ ਆ, 4-5 ਚਮਚੇ ਜਿਹੜੇ ਆਪਾਂ ਸੂਜੀ ਦੇ ਪਾ ਲਏ, ਤੇ ਇੱਕ ਆਪਾਂ ਆਹ ਲਿਆ ਜੀ ਚੌਲਾਂ ਦਾ ਆਟਾ। ਠੀਕ ਆ, ਹਾਂਜੀ, ਇਹ ਵੀ ਆਪਾਂ ਇਹਦੇ ਚ ਪਾਵਾਂਗੇ 3-4 ਚਮਚ। ਠੀਕ ਆ, ਹਾਂਜੀ, ਤੇ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਵਾਂਗੇ, ਉਹ ਹੈਗੀ ਆ ਜੀ ਬ੍ਰੈਡ ਕਰੈਮ। ਠੀਕ ਆ, ਠੀਕ ਹੈ ਜੀ, ਇਹ ਵੀ ਆਪਾਂ 4-5 ਚਮਚਾ ਜਿਹੜੇ ਪਾ ਲਾਂਗੇ। ਇਹਦੇ ਨਾਲ ਜਿਹੜਾ ਕਿ ਥੋੜਾ ਜਿਹਾ ਕਰੰਚੀ ਜਿਹਾ ਟੇਸਟ ਆਊਗਾ, ਤੇ ਇਦਾਂ ਹੀ ਲੱਗੂਗਾ ਜਿਵੇਂ ਆਪਾਂ ਵੀ ਕੁਰਕਰੇ ਖਾ ਰਹੇ ਹੁੰਦੇ ਆ, ਬੱਚੇ ਨੂੰ ਪਤਾ ਨਹੀਂ ਲੱਗਣਾ। ਤੇ ਹੁਣ ਆਪਾਂ ਇਸ ਸਾਰੇ ਦੇ ਵਿੱਚ ਆਪਾਂ ਟੇਸਟ ਦੇ ਅਨੁਸਾਰ ਆ ਜਿਹੜਾ ਕਿ ਲੂਣ ਮਿਰਚ ਪਾ ਲਾਂਗੇ। ਇਹ ਜਿਹੜੇ ਤੁਸੀਂ ਸਨੈਕਸ ਉਦਾਂ ਵੀ ਬਣਾ ਸਕਦੇ ਹੋ, ਮਤਲਬ ਕਿ ਜਿਵੇਂ ਇੱਕ ਬੱਚਿਆਂ ਦੇ ਵਾਸਤੇ ਤਾਂ ਬਣਾਉਣੇ ਹੀ ਬਣਾਉਣੇ ਆ, ਤੇ ਆਪਾਂ ਮਤਲਬ ਕਿ ਕੋਈ ਵੈਸੇ ਆਪਦੇ ਵਾਸਤੇ ਕੋਈ ਰਿਸ਼ਤੇਦਾਰ ਵਾਸਤੇ ਬਣਾਉਣਾ ਹੁੰਦਾ ਉਹ ਵੀ ਆਪਾਂ ਦੇ ਸਕਦੇ ਹਾਂ। ਠੀਕ ਆ, ਤੇ ਨਮਕ ਆਪਾਂ ਟੇਸਟ ਅਨੁਸਾਰ ਇਹਦੇ ਵਿੱਚ ਨਮਕ ਪਾ ਲਿਆ। ਹੁਣ ਇਹਨੂੰ ਆਪਾਂ ਸਾਰੇ ਨੂੰ ਕਰ ਲੈਂਦੇ ਹਾਂ ਮਿਕਸ। ਇਹਦੇ ਚ ਆਪਾਂ ਦੇਸੀ ਘਿਓ ਵੀ ਪਾਇਆ। ਅੱਛਾ, ਦੇਸੀ ਘਿਓ ਦੇ ਕੁਰਕਰੇ? ਹਾਂਜੀ, ਲੈ ਤਾਂ ਹੋਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ। ਹਾਂਜੀ ਹਾਂਜੀ, ਇਹਦਾ ਪੇਸਟ ਤਾਂ ਬਣ ਗਿਆ, ਹੁਣ ਕੀ ਕਰਨਾ ਹੈ? ਹਾਂਜੀ, ਹੁਣ ਆਪਾਂ ਜਿਹੜੇ ਕਿ ਇਸ ਤਰ੍ਹਾਂ ਦੀ ਲਿਫਾਫਾ ਲੈ ਲੈਣਾ, ਥੈਲੀ ਇੱਕ ਲੈ ਲਈ ਆ। ਠੀਕ ਆ, ਹਾਂਜੀ, ਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਹਾਂ ਥੋੜਾ ਜਿਹਾ ਫੋਲਡ, ਤੇ ਇਹਦੇ ਵਿੱਚ ਆਪਾਂ ਜਿਹੜਾ ਕਿ ਇਹ ਸਾਰਾ ਪੈਟਰਨ ਭਰਾਂਗੇ। ਅੱਛਾ, ਇਹਦੇ ਵਿੱਚ ਪਾ ਲੈਣਾ? ਹਾਂਜੀ, ਠੀਕ ਆ।
इस तरह आप त्रिकोणी शेप के विच इह जिहड़े कि इस तरह कर ली आ। ठीक है ते हुण आपां इहनूं थोड़ा जिहा अगों कट्टांगे। ठीक है तो भी गर्म हो गया ठीक है। ते हुण आपां की करांगे, आपां हुण इहनां नूं बनावांगे। तो इस तरह आपां जिहड़ा कि बना सकदे आ। वैसे तां इह स्मूथ आ, पेस्ट डिग नहीं रहे, नहीं तां तुसीं जिहड़ा कि कैंची आदि ना चाकू की हेल्प नाल तुसीं इहनां नूं कट सकते हो। ਤੁਸੀਂ ਐਵੇਂ ਦੀ ਥੋੜੀ ਜਿਹੀ ਖੇਚਲ ਕਰਕੇ ਐਵੇਂ ਦੀ ਚੀਜ਼ਾਂ ਦੀ ਆਦਤ ਪਾ ਲਓਗੇ, ਤੁਹਾਡੇ ਬੱਚੇ ਕਦੇ ਨਹੀਂ ਖਾਣਗੇ। ਹਾਂਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਿਲਾ ਲੈਂਦੇ ਆ ਤਾਂ ਜੋ ਜੁੜਨ ਨਾ ਵੱਖਰੇ ਵੱਖਰੇ। ਦੇਸੀ ਘਿਓ ਦੇ ਕੁਰਕਰੇ ਤਾਂ ਤੁਸੀਂ ਜ਼ਿੰਦਗੀ 'ਚ ਸੋਚ ਵੀ ਨਹੀਂ ਸਕਦੇ ਵੀ ਤੁਹਾਨੂੰ ਕੋਈ ਕੰਪਨੀ ਬਣਾ ਕੇ ਦੇ ਦੋ ਤੁਹਾਡੇ ਬੱਚਿਆਂ ਵਾਸਤੇ। ਹਾਂਜੀ ਆਹ ਤਾਂ ਯਾਰ ਜਮੇ ਕੁਰਕਰੇ ਬਣ ਗਏ। ਹਾਂਜੀ ਲੈ ਹੁਣ ਜੈਸ਼ਵੀ ਗੁਣ ਆਪਾਂ ਤਾਂ ਲਫਾਫੇ ਵਾਲੇ ਕਦੀ ਵੀ ਨਹੀਂ ਦੇਣੇ ਲਿਆ ਕੇ। ਬਿਲਕੁਲ ਜੀ, ਤੇ ਨਾਲੇ ਇਹਦੇ ਵਿੱਚ ਹਰੀਆਂ ਸਬਜ਼ੀਆਂ ਪਾਈਆਂ ਆਪਾਂ। ਹਰੀਆਂ ਸਬਜ਼ੀਆਂ ਵਾਲੇ ਦੋਸਤੋ ਪੂਰੇ ਹੈਲਦੀ ਕੁਰਕਰੇ। ਹਰੀਆਂ ਸਬਜ਼ੀਆਂ ਆ ਦੇਖੋ ਕੁਰਕਰੇ ਬਣਾਤੇ ਪਵਨ ਨੇ। ਮੈਨੂੰ ਤਾਂ ਲੱਗਦਾ ਨਹੀਂ ਸੀ ਵੀ ਬਣ ਜਾਣਗੇ ਪਰ ਬਣ ਹੀ ਗਏ। ਨਹੀਂ ਬਣ ਬਣਨੇ ਕਿਉਂ ਨਹੀਂ ਸੀ, ਇਹ ਚ ਕਿਹੜਾ ਵੱਡੀ ਗੱਲ ਸੀ ਕੋਈ, ਬਣ ਹੀ ਜਾਣੇ ਸੀ। ਤੇ ਬੱਚਿਆਂ ਨੂੰ ਵੀ ਖਵਾਇਓ, ਬਹੁਤ ਹੀ ਹੈਲਦੀ ਤੇ ਟੇਸਟੀ ਇਹ ਕੁਰਕਰੇ ਬਣਦੇ ਹੈਗੇ ਆ। ਤੇ ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਭਰਪੂਰ ਜਾਣਕਾਰੀ ਵਾਲੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਹਾਂਜੀ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ।